ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਆਲੂ ਗਾਜਰ ਮਟਰ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਹੁਤ ਹੀ ਜ਼ਿਆਦਾ ਲਾਲ ਲਾਲ ਫਰੈਸ਼ ਫਰੈਸ਼ ਗਾਜਰਾਂ ਜਿਹੜੀਆਂ ਮਾਰਕੀਟ ਦੇ ਵਿੱਚ ਆਈਆਂ ਹੋਈਆਂ ਹਨ ਤੇ ਇਹਨਾਂ ਗਾਜਰਾਂ ਦੀ ਸਬਜ਼ੀ ਜਿਹੜੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਵੈਸੇ ਤਾਂ ਹਰ ਘਰ ਦੇ ਵਿੱਚ ਆਲੂ ਗਾਜਰ ਮਟਰ ਦੀ ਸਬਜੀ ਲਗ ਲਗ ਤਰੀਕੇ ਦੇ ਨਾਲ ਬਣਾਈ ਜਾਂਦੀ ਹੈ ਪਰ ਮੈਂ ਜਿਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਇਹ ਸਬਜੀ ਬਣਾਨੀ ਆ ਉਹੀ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ ਤੇ ਤੁਹਾਡੇ ਅੱਗੇ ਰਿਕੁਐਸਟ ਕਰਨੀ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਪਲੀਜ਼ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਓ ਸਬਜੀ ਬਣਾਉਣਾ ਸ਼ੁਰੂ ਕਰਦੇ ਆਂ ਗਾਜਰ ਆਲੂ ਮਟਰ ਦੀ ਸਬਜ਼ੀ ਬਣਾਉਣ ਦੇ ਲਈ ਅੱਧਾ ਕਿਲੋ ਗਾਜਰਾ ਲਈ ਸੀ ਇਹਨਾਂ ਨੂੰ ਮੈਂ ਛਿੱਲ ਕੇ ਧੋ ਕੇ ਕੱਟ ਲਿਆ ਕਿਉਂਕਿ ਗਾਜਰਾ ਹਰ ਕਿਸੇ ਨੂੰ ਕੱਟਣੇ ਆਂਦੀਆਂ ਇਸ ਕਰਨਾ ਮੈਂ ਤੁਹਾਨੂੰ ਕੱਟਣ ਦਾ ਤਰੀਕਾ ਜਿਹੜਾ ਨਹੀਂ ਦੱਸਿਆ ਹੈ 5-6 ਆਲੂ ਲਏ ਸੀ ਛੋਟੇ-ਛੋਟੇ ਉਹਨਾਂ ਨੂੰ ਮੈਂ ਕੱਟ ਕੇ ਪਾਣੀ ਵਿੱਚ ਪਾਇਆ ਹੋਇਆ ਸੀ ਹੁਣ ਮੈਂ ਕੱਢ ਲਿਆ ਹੈ ਥੋੜੇ ਜਿਮੈਂ ਲਏ ਆ ਹਰੇ ਮਟਰ ਇਥੇ ਮੈਂ ਲਿਆ ਤੜਕਾ ਲਗਾਉਣ ਦੇ ਲਈ ਟਮਾਟਰ ਦੋ ਵੱਡੇ ਸਾਈਜ਼ ਦੇ ਟਮਾਟਰ ਜਿਹੜੇ ਬਰੀਕ-ਬਰੀਕ ਮੈਂ ਕੱਟ ਲਿਆ ਤੇ ਇਥੇ ਮੈਂ ਅਦਰਕ ਲਸਣ ਪਿਆਇ ਤੇ ਹਰੀਆਂ ਮਿਰਚਾਂ ਲਈਆਂ ਇੱਕ ਵੱਡੇ ਸਾਈਜ਼ ਦਾ ਪਿਆਇ ਮੈਂ ਬਰੀਕ ਬਰੀਕ ਕੱਟ ਲਿਆ ਪੰਜ ਛੇ ਕਲੀਆਂ ਲਸਣ ਦੀਆਂ ਇੱਕ ਟੁਕੜਾ ਅਦਰਕ ਦਾ ਤੇ ਚਾਰ ਕ ਮੈਂ ਹਰੀਆਂ ਮਿਰਚਾਂ ਕੱਟੀਆਂ ਤੁਸੀਂ ਆਪਣੇ ਤਿੱਖੇ ਦੇ ਹਿਸਾਬ ਨਾਲ ਦੇਖ ਲਿਓ ਬਾਕੀ ਮਸਾਲੇ ਜਿਹੜੇ ਪੈਣਗੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸ ਦਵਾਂਗੀ ਗੈਸ ਦੇ ਉੱਤੇ ਕੜਾਈ ਰੱਖੀਏ ਤੇ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤਿੰਨ ਤੋਂ ਚਾਰ ਚਮਚ ਤੇ ਤੇਲ ਨੂੰ ਚੰਗੀ ਤਰ੍ਹਾਂ ਨਾਲ ਪਹਿਲੇ ਗਰਮ ਕਰ ਲਵਾਂਗੇ ਜਦੋਂ ਤੱਕ ਇਹਦੇ ਵਿੱਚ ਧੁਆਣੀ ਨਿਕਲ ਜਾਂਦਾ ਉਦੋਂ ਤੱਕ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ 1/4 ਚਮਚ ਪਾਵਾਂਗੇ ਮੇਥਰੇ ਮੇथी दाना ਜਿਹਨੂੰ ਕਹਿੰਨੇ ਆ 1/4 ਚਮਚ ਪਾਵਾਂਗੇ ਸਾਬਤ ਧਨੀਆ ਤੇ 1/4 ਚਮਚ ਪਾਵਾਂਗੇ ਇਹਦੇ ਵਿੱਚ ਜੀਰਾ ਮੇਥਰੇ ਤੇ ਸਾਬਤ ਧਨੀਆ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਸਬਜ਼ੀ ਦੇ ਵਿੱਚ ਇਹ ਦੋਨਾਂ ਚੀਜ਼ਾਂ ਦਾ ਤੇ ਜਦੋਂ ਤੱਕ ਫਰਾਈ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣਾ ਲਸਣ ਤੇ ਅਦਰਕ ਇਨੂੰ ਜ਼ਿਆਦਾ ਫਰਾਈ ਆਪਾਂ ਮਸਾਲਿਆਂ ਨੂੰ ਨਹੀਂ ਕਰਨਾ ਹੈ ਨਹੀਂ ਤਾਂ ਫਿਰ ਇਹ ਕਾਲੇ ਹੋ ਜਾਣਗੇ ਅਦਰਕ ਤੇ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲਵਾਂਗੇ ਜਦੋਂ ਤੱਕ ਇਹਨਾਂ ਦਾ ਕਲਰ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਅਦਰਕ ਲਸਣ ਜਿਹੜੇ ਇਹ ਵੀ ਫਰਾਈ ਹੋ ਚੁੱਕੇ ਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਬਰੀਕ-ਬਰੀਕ ਕੱਟਿਆ ਹੋਇਆ ਪਿਆਜ਼ ਤੇ ਹਰੀਆਂ ਮਿਰਚਾਂ ਹੁਣ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲਵਾਂਗੇ ਇਹਦੇ ਵਿੱਚ ਹੀ ਇਸ ਤਰੀਕੇ ਦੇ ਨਾਲ ਸਬਜ਼ੀ ਜਿਹੜੀ ਹੈ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਕੜਾਈ ਦੇ ਵਿੱਚ वैसे तो मैं ये सब्जी जेड़ी है कुकर ਦੇ ਵਿੱਚ ਬਣਾ ਕੇ ਤਿਆਰ ਕਰਨੀ ਆ ਪਰ ਜਦੋਂ ਮੈਂ ਇਹ सब्जी ਕੜਾਈ ਵਿੱਚ ਬਣਾਉਣੀ ਹੈ ਤੇ ਇਸੇ ਤਰੀਕੇ ਦੇ ਨਾਲ ਬਣਾਉਣੀ ਆ ਤੜਕਾ ਸਾਡਾ ਫਰਾਈ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਕਸਤੂਰੀ ਮੇਥੀ ਪਾਵਾਂਗੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲਵਾਂਗੇ ਜੇਕਰ ਤੁਹਾਡੇ ਕੋਲ ਫਰੈਸ਼ ਮੇਥੀ ਹੈ ਤਾਂ ਤੁਸੀਂ ਫਰੈਸ਼ ਹਰੀ ਮੇਥੀ ਜਿਹੜੀ ਹੈ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਬਹੁਤ ਵਧੀਆ ਟੇਸਟ ਆਉਂਦਾ ਹੈ ਸਬਜ਼ੀ ਦੇ ਵਿੱਚ ਮੇਥੀ ਦਾ ਹੁਣ ਆਪਾਂ ਗਾਜਰਾ ਆਲੂ ਤੇ ਮਟਰ ਤਿੰਨੋਂ ਚੀਜ਼ਾਂ ਇਕੱਠੀਆਂ ਪਾ ਦੇਣੀਆਂ ਇਹਦੇ ਵਿੱਚ ਤੇ ਨਾਲ ਹੀ ਪਾ ਦਵਾਂਗੇ ਸਵਾਦ ਅਨੁਸਾਰ ਨਮਕ ਨਮਕ ਨਾਲ ਪਾਣਾ ਕੀ ਹੋਏਗਾ ਕਿ ਸਬਜ਼ੀ ਜਿਹੜੀ ਤੇ ਜਿੰਨਾ ਪਾਣੀ ਛੱਡਣਾ ਸਬਜ਼ੀਆਂ ਨੇ ਉਹਨਾਂ ਪਾਣੀ ਜਿਹੜਾ ਨਮਕ ਪਾਣ ਨਾਲ ਛੱਡ ਦੇਗੀ ਤੇ ਸਾਨੂੰ ਅਲੱਗ ਤੋਂ ਇਹਦੇ ਵਿੱਚ ਪਾਣੀ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਇਸ ਤਰੀਕੇ ਦੇ ਨਾਲ ਹੁਣ ਨਮਕ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਬਜ਼ੀਆਂ ਦੇ ਵਿੱਚ ਮਿਕਸ ਕਰ ਦੇਣੇ ਆ ਸਾਰੀਆਂ ਸਬਜ਼ੀਆਂ ਆਪਾਂ ਮਿਕਸ ਕਰ ਲੈਣੀਆਂ ਚੰਗੀ ਤਰ੍ਹਾਂ ਦੇ ਨਾਲ ਤੇ ਇਹਨੂੰ ਆਪਾਂ 7 ਤੋਂ 8 ਮਿੰਟ ਲਈ ਟੱਕ ਦੇਣਾ ਪਾਣੀ ਦੇ ਵਿੱਚ ਬਿਲਕੁਲ ਵੀ ਨਹੀਂ ਪਾਣਾ ਆਪਾਂ ਕਿਉਂਕਿ ਆਪਾਂ ਸੁੱਕੀ ਸਬਜ਼ੀ ਜਿਹੜੀਆਂ ਬਣਾ ਰਹੇ ਆ ਬਸ ਇਹਨੂੰ ਆਪਾਂ ਟੱਕ ਦੇਨੇ ਆ 7 ਤੋਂ 8 ਮਿੰਟ ਲਈ ਇਹਦੇ ਵਿੱਚ ਵਿੱਚ ਆਪਾਂ ਇਹਨੂੰ ਦੋ ਕਬਾਰ ਜਿਹੜਾ ਹੈ ਚਲਾ ਲੈਣਾ ਤਾਂ ਕਿ ਸਬਜੀ ਇੱਕੋ ਜੀ ਪੱਕ ਕੇ ਤਿਆਰ ਹੋਏ 8 ਮਿੰਟ ਹੋ ਗਏ ਸਬਜੀ ਨੂੰ ਟੱਕਿਆ ਹੋਇਆ ਤੇ ਹੁਣ ਆਪਾਂ ਟੱਕਣ ਚੁੱਕ ਕੇ ਸਬਜੀ ਨੂੰ ਹਿਲਾ ਦਿੰਨੇ ਆ ਤੇ ਦੇਖਣਾ ਕਿੰਨੀ ਕੁ ਪੱਕ ਕੇ ਤਿਆਰ ਹੋਈ ਹੈ ਇਹ ਕਾਲੂ ਮੈਂ ਕੱਟ ਕੇ ਦੇਖਣੀ ਹੈ ਪਹਿਲੇ ਆਲੂ ਜਿਹੜਾ 80% ਤੱਕ ਪੱਕ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ 1/4 ਚਮਚ ਪਾਵਾਂਗੇ ਹਲਦੀ ਪਾਊਡਰ 1/4 ਚਮਚ ਪਾਵਾਂਗੇ ਗਰਮ ਮਸਾਲਾ ਬਸ ਇਹੋ ਹੀ ਮਸਾਲੇ ਆਪਾਂ ਇਹਦੇ ਵਿੱਚ ਪਾਣੇ ਇਹਦੇ ਨਾਲ ਹੀ ਆਪਾਂ ਟਮਾਟਰ ਜੇਰੀਆ ਪਾ ਲੈਣੇ ਤੇ ਸਾਰੀਆਂ ਚੀਜ਼ਾਂ ਫਿਰ ਤੋਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਣੀ ਆ ਆਪਾਂ 4 ਤੋਂ 5 ਮਿੰਟ ਲਈ ਇਹਨਾਂ ਨੂੰ ਫਿਰ ਤੋਂ ਢੱਕ ਦੇਣਾ ਸਬਜ਼ੀ ਨੂੰ ਤਾਂ ਕਿ ਜਿਹੜੇ ਮਸਾਲੇ ਇਹਨਾਂ ਦਾ ਕੱਚਾਪਣ ਜਿਹੜਾ ਉਹ ਨਿਕਲ ਜਾਏ ਤੇ ਜਿਹੜੇ ਟਮਾਟਰ ਹੈ ਇਹ ਵੀ ਪੱਕ ਜਾਣ ਚੰਗੀ ਤਰ੍ਹਾਂ ਦੇ ਨਾਲ ਤੇ ਜਿਹੜੀ ਸਾਡੀ ਸਬਜ਼ੀ ਦੇ ਵਿੱਚ ਮਾੜੀ ਦੀ ਕਸਰ ਹੈਗੀ ਉਹ ਵੀ ਚੰਗੀ ਤਰ੍ਹਾਂ ਦੇ ਨਾਲ ਪੱਕ ਕੇ ਤਿਆਰ ਹੋ ਜੇ 4-5 ਮਿੰਟ ਬਾਅਦ ਸਬਜੀ ਸਾਡੀ ਬਣ ਕੇ ਤਿਆਰ ਹੈ ਤੇ ਹਰਾ ਧਨੀਆ ਪਾ ਕੇ ਮਿਕਸ ਕਰ ਦਵਾਂਗੇ ਬਹੁਤ ਹੀ ਟੇਸਟੀ ਸਾਡੀ ਸਬਜੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਵਧੀਆ ਕਲਰ ਆਇਆ ਹੈ ਸਬਜੀ ਦਾ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਆਲੂ ਗਾਜਰ ਮਟਰ ਦੀ ਸਬਜੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਇੱਕਦਮ ਅਲੱਗ ਤਰੀਕੇ ਦੇ ਨਾਲ ਬਣਾਈ ਹੋਈ ਹੈ ਸਬਜੀ ਹੈ ਔਰ ਬਹੁਤ ਹੀ ਜਲਦੀ ਵੀ ਇਹ ਸਬਜੀ ਜਿਹੜੀ ਹੈ ਬਣ ਜਾਂਦੀ ਹੈ ਜਿਆਦਾ ਟਾਈਮ ਇਹਨੂੰ ਬਿਲਕੁਲ ਵੀ ਨਹੀਂ ਲੱਗਦਾ ਮੈਂ ਤੁਹਾਨੂੰ ਲਾਗੋ ਨੇ ਦਿਖਾ ਰਹੀ ਹਾਂ ਦੇਖੋ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਬਿਲਕੁਲ ਪਾਣੀ ਆਪਾਂ ਇਹਦੇ ਵਿੱਚ ਨਹੀਂ ਪਾਇਆ ਹੋਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਸਸ਼ੀ